ਪੰਜਾਬ ਵਿੱਚ ਕਰਫਿਊ ਨੂੰ ਕਰੀਬ 40 ਦਿਨ ਹੋ ਚੁਕੇ ਆ ਲੋਕ ਆਪਣੇ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਆ ਕੀ ਆਮ ਤੇ ਕੀ ਖਾਸ ਲੋਕ ਆਪਣਾ ਕੁਆਲਟੀ ਟਾਈਮ ਸਪੈਂਡ ਕਰ ਰਹੇ ਆ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਕਿਵੇਂ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਵਿਜੇਂਦਰ ਸਿੰਘਲਾ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਆ ਔਰ 40 ਦਿਨ ਆਪਣੇ ਪਟਿਆਲਾ ਵਾਲੇ ਘਰ 'ਚ ਕਿਵੇਂ ਵਕਤ ਗੁਜ਼ਾਰ ਰਹੇ ਆ ਸਿੰਘਲਾ ਜੀ ਕਦੀ ਸੋਚਿਆ ਸੀਗੇ ਇੰਨੀ ਬਿਜ਼ੀ ਜ਼ਿੰਦਗੀ ਦੇ ਵਿੱਚ ਇਹੋ ਜੇ ਫੁਰਸਤ ਦੇ ਪਲ ਆਣਗੇ ਦੇਖੋ ਜੇ ਸੱਚ ਪੁੱਛੋ ਤਾਂ ਮੈਂ ਸ਼ਾਇਦ ਆਪਣੇ ਪਿਤਾ ਜੀ ਦੀ ਡੈਥ ਤੋਂ ਬਾਅਦ 15 ਸਾਲ ਹੋ ਗਏ ਉਹਨਾਂ ਨੂੰ ਗਏ ਪਹਿਲੀ ਵਾਰ ਕੁਝ ਵਕਤ ਆਪਣੇ ਵਾਸਤੇ ਮਿਲਿਆ ਪਰ ਲੇਕਿਨ ਪ੍ਰਮਾਤਮਾ ਨੇ ਉਸ ਵਕਤ ਵਿੱਚ ਵੀ ਇੰਨੀ ਜ਼ਿੰਮੇਵਾਰੀ ਕਿਉਂਕਿ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਜੋ ਹਮੇਸ਼ਾ ਦਿਸ਼ਾ ਨਿਰਦੇਸ਼ ਰਹਿੰਦੇ ਆ ਇਸ ਕਰੋਨਾ ਦੀ ਮਹਾਮਾਰੀ ਨੂੰ ਤੋੜਨ ਵਾਸਤੇ ਇਸ ਵੇਲੇ ਚ ਆਪਣੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਉਸ ਨੂੰ ਦੇਖਦੇ ਹੋਏ ਇਹ 40 ਦਿਨ ਵੀ ਲਗਾਤਾਰ ਸਰਕਾਰ ਦੀਆਂ ਵੱਲੋਂ ਜੋ ਹਦਾਇਤਾਂ ਹੈ WHO ਦੀਆਂ ਜੋ ਹਦਾਇਤਾਂ ਉਹਨਾਂ ਨੂੰ ਆਪਣੇ ਹਲਕੇ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਲੋਕਾਂ ਵਾਸਤੇ ਆਪਣੇ ਸੂਬੇ ਦੇ ਲੋਕਾਂ ਵਾਸਤੇ ਕਰਨ ਲਈ ਹਮੇਸ਼ਾ ਪੱਬਾਂ ਦੇ ਪੈਰ ਰੱਖ ਕੇ ਕੰਮ ਕੀਤਾ ਚਾਹੇ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀ ਗੱਲ ਆਈ ਸੇਤ ਸਹੂਲਤਾਂ ਪਹੁੰਚਾਉਣ ਦੀ ਗੱਲ ਆਈ ਜਾਂ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਕੰਮ ਦੀ ਗੱਲ ਆਈ ਹਰ ਚੀਜ਼ ਨੂੰ ਕਰਨ ਵਾਸਤੇ ਕੋਸ਼ਿਸ਼ ਕੀਤੀ ਔਰ ਉਸ ਗੱਲ ਨੂੰ ਪੂਰਾ ਕੀਤਾ ਔਰ ਉਸ ਦੇ ਨਾਲ-ਨਾਲ ਥੋੜਾ ਜਿਹਾ ਆਪਣੇ ਸ਼ਰੀਰ ਨੂੰ ਆਰਾਮ ਮਿਲਣ ਦਾ ਵੀ ਮੌਕਾ ਮਿਲਿਆ ਕੁਝ ਪੁਰਾਣੇ ਵਕਤ ਦੇ ਵਿੱਚ ਜਦੋਂ ਮੈਂ ਕਾਲਜ ਪੜ੍ਹਦਾ ਸੀ ਤੇ ਖਾਣਾ ਵੀ ਆਪ ਬਣਾ ਲੈਂਦਾ ਸੀ ਤੇ ਉਹ ਬਣਾਉਣ ਦਾ ਵੀ ਮੌਕਾ ਮਿਲਿਆ ਔਰ ਨਾਲ एक्सरसाइज ਮੈਂ ਕਦੇ ਹੁਣ ਪਿਛਲੇ 15-20 ਸਾਲ ਤੋਂ ਨਹੀਂ ਕੀਤੀ ਸੀ ਤਾਂ ਮੈਨੂੰ ਆਪਣੇ ਘਰ ਦੇ ਵਿੱਚ ਰਹਿ ਕੇ ਥੋੜਾ ਸਵੇਰੇ ਉੱਠ ਕੇ ਵਾਕ ਕਰਨ ਦਾ ਔਰ ਵਾਕ ਦੇ ਨਾਲ-ਨਾਲ ਆਪਣੇ ਬੱਚਿਆਂ ਨਾਲ ਸਕ੍ਰੈਬਲ ਖੇਲਣ ਦਾ ਜਾਂ ਕੈਰਮ ਬੋਰਡ ਖੇਲਣ ਦਾ ਜਾਂ ਇੱਕ ਬੱਚੇ ਗੇਮ ਖੇਲਦੇ ਆਂ ਤਾਸ਼ ਦੀ ਊਨੋ ਉਹ ਖੇਲਣ ਦਾ ਮੈਨੂੰ ਸਾਨੂੰ ਮੌਕਾ ਮਿਲਿਆ ਔਰ ਕੁਝ ਵਕਤ ਆਪਣੀ ਮਾਤਾ ਜੀ ਨਾਲ ਬਿਤਾਉਣ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਸਮਝਦਾ ਕਿ ਇਸ ਦੇ ਵਕਤ ਦੇ ਵਿੱਚ ਸਾਰੇ ਲੋਕ ਜਿਹੜੇ ਆਪਣੇ ਘਰਾਂ 'ਚ ਬੈਠੇ ਆਂ ਕੁਆਰੰਟਾਈਨਡ ਆਂ ਆਪਣੇ ਆਪ ਨੂੰ ਘਰਾਂ ਚ ਰੱਖ ਕੇ ਆਪਾਂ ਜਿੱਥੇ ਕੁਆਰੰਟਾਈਨ ਕਰਦੇ ਆ ਉੱਥੇ ਸਾਡੀ ਬੋਡੀ ਦੇ ਵਿੱਚ ਰੀਜੂਵਿਲੇਸ਼ਨ ਵੀ ਹੁੰਦੀ ਹੈ ਸਾਡੇ ਮਾਈਂਡ ਦੇ ਵਿੱਚ ਹੋਰ ਬੈਟਰ ਫਰੈਸ਼ਨੈਸ ਵੀ ਆਂਦੀ ਹੈ ਸਾਡੇ ਇਸ ਵਕਤ ਦੇ ਵਿੱਚ ਇਸ ਵਕਤ ਦੇ ਵਿੱਚ ਸਾਨੂੰ ਆਪਣੇ ਮਾਈਂਡ ਨੂੰ ਹੋਰ ਪੋਜ਼ਿਟਿਵ ਕਿਸ ਤਰ੍ਹਾਂ ਕਰਨਾ ਹੈ ਜਾਂ ਸਾਡੀ ਜਿਹੜੀ ਸੋਚ ਹੁੰਦੀ ਹੈ ਉਹਦੇ ਵਿੱਚ ਫਰੈਸ਼ਨੈਸ ਆਂਦੀ ਹੈ ਉਹਦੇ ਵਿੱਚ ਅੱਗੇ ਵਧਣ ਵਾਸਤੇ ਮਜ਼ਬੂਤੀ ਆਂਦੀ ਹੈ ਤਾਂ ਇਹ ਸਾਰੀਆਂ ਗੱਲਾਂ ਨੂੰ ਲਗਾਤਾਰ ਕਰਦੇ ਕਰਦੇ ਵੀਡੀਓ ਕਾਨਫਰੈਂਸਿੰਗ ਦਾ ਕਨਸੈਪਟ ਸ਼ੁਰੂ ਹੋ ਗਿਆ ਮੈਂ ਆਪਣੇ ਵਰਕਰਸ ਨਾਲ ਜ਼ੂਮ ਦੇ ਉੱਪਰ ਅਸੀਂ ਵੀਡੀਓ ਕਾਨਫਰੈਂਸਿੰਗ ਹਰ ਰੋਜ਼ ਕਰਦੇ ਹਾਂ ਕਿਸ ਤਰ੍ਹਾਂ ਕਿਸੇ ਇਲਾਕੇ 'ਚ ਕੋਈ ਦਿੱਕਤ ਤਾਂ ਨਹੀਂ ਔਰ ਉਸੇ ਤਰਜ਼ੀ ਦੇ ਉੱਪਰ ਹੁਣ ਭਾਰਤ ਸਰਕਾਰ ਦੀਆਂ ਵੀਡੀਓ ਕਾਨਫਰੈਂਸਿੰਗ ਸੀਐਮ ਸਾਹਿਬ ਦੇ ਨਾਲ ਜਾਂ ਸਾਡੀ ਜਿਹੜੀਆਂ ਕੈਬਨਿਟ ਦੀਆਂ ਸਬ-ਕਮੇਟੀ ਹੈ ਉਸ ਦੀ ਵਕ ਵਕ ਕਿਉਂਕਿ ਆਰਥਿਕ ਮੰਦੀ ਕਰਕੇ ਆਰਥਿਕ ਮਜ਼ਬੂਤੀ ਵਾਸਤੇ ਸਾਨੂੰ ਕੀ ਕੀ ਸਟੈਪਸ ਲੈਣੇ ਚਾਹੀਦੇ ਆ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਹੁਣ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਉਂਕਿ ਉਹਦੇ 'ਚ ਤੁਹਾਡੀ ਕਨਸੈਂਟਰੇਸ਼ਨ ਵੀ ਹੋਰ ਵੱਧ ਲੱਗਦੀ ਹੈ ਜਦੋਂ ਤੁਸੀਂ ਵੀਡੀਓ ਕਾਨਫਰੈਂਸਿੰਗ ਦੇ ਨਾਲ ਗੱਲ ਕਰਦੇ ਹੋ ਔਰ ਫਿਰ ਇੱਕ ਸਕੂਲ ਸਿੱਖਿਆ ਦਾ ਜੋ ਵਿਭਾਗ ਹੈ ਇਸ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਇੱਕ ਪੋਲੀਟਿਸ਼ੀਅਨ ਦੀ ਜ਼ਿੰਦਗੀ 'ਚ ਬੜੇ ਘੱਟ ਫੁਰਸਤ ਦੇ ਪਲ ਹੁੰਦੇ ਅਸੀਂ ਉਹ ਵੀ ਗੱਲਾਂ ਕਰਾਂਗੇ ਤੁਹਾਡੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਸਰਕਾਰੀ ਜ਼ਿੰਮੇਵਾਰੀਆਂ ਲੇਕਿਨ ਵਕਤ ਕਿਵੇਂ ਬਤਾ ਰਹੇ ਮੈਂ ਦੇਖ ਰਿਹਾ ਤੁਹਾਡਾ ਬੇਟਾ ਜਿਹੜਾ ਉਹ ਛੁੱਟੀਆਂ 'ਚ ਘਰ ਆਇਆ ਹੋ ਬੈਡਮਿੰਟਨ ਖੇਡਦੇ ਹੋ ਤੁਸੀਂ ਹੋਰ ਐਕਟੀਵਿਟੀ ਤੁਸੀਂ ਦੱਸਿਆ ਨੇ ਦੋ ਦੋ ਵਾਰ ਹੋ ਜਾਂਦਾ ਅੱਜ ਤੁਹਾਡੇ ਨਾ ਨਾ ਮੈਂ ਤਾਂ ਗੇਮ ਦੇਖੀਏ ਇਹ ਵੈਸੇ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹ ਮੇਰੇ ਤੋਂ ਹਾਰ ਜੇ ਪਰ ਲੇਕਿਨ ਇਹ ਹੈ ਕਿ ਬੱਚਿਆਂ 'ਚ ਹੁਣ ਸਟੈਮਿਨਾ ਜ਼ਿਆਦਾ ਤੇ ਕਈ ਵਾਰ ਜੇ ਤੁਸੀਂ ਪਲੇ ਜਿਆਦਾ ਪਲੇਸਿੰਗ ਨਾਲ ਖੇਡ ਲੰਦਾ ਤਾਂ ਉਹਨਾਂ ਨਹੀਂ ਫਿਰ ਕਈ ਵਾਰ ਪਿਕ ਅਪ ਹੁੰਦੀਆਂ ਉਹਨੀਆਂ ਸ਼ਟਲ ਕਾਕਸ ਬਿਕੋਜ਼ ਉਹਨੇ ਯੂਜ਼ ਟੂ ਰਹੀ ਨਹੀਂ ਰੇ ਗੇਮ ਨਹੀਂ ਤਾਂ ਜਦੋਂ ਮੈਂ ਪੜਦਾ ਸੀ ਉਸ ਵੇਲੇ ਸਟੇਟ ਗੇਮਸ ਤੱਕ ਮੈਂ ਆਪਣੇ ਆਪ ਨੂੰ ਪਾਰਟਿਸਿਪੇਟ ਕੀਤਾ ਸੀਗਾ ਬੈਡਮਿੰਟਨ ਦੇ ਵਿੱਚ ਤੇ ਠੀਕ ਹੈ ਤੇ ਹੁਣ ਗੇਮ ਲਗਾ ਕੇ ਜ਼ਰੂਰ ਕਈ ਵਾਰ ਮੈਂ ਵੀ ਹਾਰ ਜਾਣਾ ਇਸ ਤੋਂ ਦੇ ਕਈ ਵਾਰ ਇਹਨੂੰ ਹਰਾ ਵੀ ਦਈਦਾ ਅੱਛਾ ਇਹ ਕਦੀ ਮੌਕਾ ਮਿਲਦਾ ਸੀ ਇਹਨਾਂ ਪਾਪਾ ਨਾਲ ਟਾਈਮ ਸਪੈਂਡ ਕਰਨ ਦਾ ਕਿਉਂਕਿ ਬੜੇ ਪੋਲੀਟਿਸ਼ੀਅਨ ਦੀ ਲਾਈਫ ਬੜੀ ਬਿਜ਼ੀ ਹੋ ਗਈ ਅੱਜਕੱਲ੍ਹ

ठीक है लॉकडाउन हैगा तो डैड इज स्पेंडिंग टाइम एट होम कर दिया एंड ठीक है थैंक्स टू द सेंट्रल गवर्नमेंट एंड स्टेट गवर्नमेंट जो दिन रात करके प्लान कर रही है कि कोविड नाइनटीन असी खत्म करे इस कंट्री चो सो आई थिंक वी ऑल आर गिविंग आर एंड आई पर्सनली थिंक की दो चिल्ड्रन हैं, दे शुड कीप दैमसेल्व बिजी इन स्पोर्ट्स रीडिंग बुक्स एंड डिफरेंट करिकुलर एक्टिविटीज सो दैट साइकोलॉजिकली कोई डिप्रैशन ना हो बच्चे या कोई फैमिली न सो so, ਨਾਸਰ ਸਿੰਘ ਅੱਛਾ ਦੋ ਦੋ ਹੱਥ ਤੁਹਾਡੇ ਹੋਣ ਲੱਗੇ ਆ ਕੀ ਲੱਗਦਾ ਪਾਪਾ ਨੂੰ ਹਰਾ ਪਾਓਗੇ ਬਟ ਆਈ ਥਿੰਕ ਐਸੀ ਤੋਂ ਡਾਡੀ ਉਸ ਵੀਰੀ ਗੁੱਡ ਪਲੇਅਰ ਸੋ ਦੇਖਦੇ ਆ ਕਮ ਟੂ نو ਤੋਂ ਅੱਜ ਐਜੂਕੇਸ਼ਨ ਮਿਨਿਸਟਰ ਦਾ ਕਿਹ ਵੀ ਰੂਪ ਦਿਖਾਵਾਂਗੇ ਬੈਡਮਿੰਟਨ ਸ਼ਾਇਦ ਰੈਕੇਟ ਉਹਨਾਂ ਦੇ ਘੱਟ ਬਹੁਤ ਘੱਟ ਤੁਸੀਂ ਦੇਖਿਆ ਹੋਵੇਗਾ ਔਰ ਕਰੋਨਾ ਦਾ ਵਕਤ ਹੈ ਬਹੁਤ ਮੁਸ਼ਕਲ ਵਕਤ ਹੈ ਲੇਕਿਨ ਆਪਣੇ ਆਪ ਨੂੰ 멘ਟਲੀ ਫੈਸ਼ ਰੱਖਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਅਬ ਹੰਤਨ ਦਿਖਾਣੇ ਆ ਕਿ ਕਿਵੇਂ ਗੇਮ ਲਗਾਈ ਜਾ ਰਹੀ ਹੈ ਔਰ ਬੜੇ ਘੱਟ ਤੁਸੀਂ ਇਹੋ ਜਿਹੇ ਮੌਕੇ ਦੇਖੇ ਹੋਣਗੇ ਕਿ ਜਿੰਨੂੰ ਬੈਡਮਿੰਟਨ ਦੀ ਗੇਮ ਲੱਗ ਰਹੀ ਕਿਉਂਕਿ ਇੱਕ ਸਿਆਸਤਦਾਨ ਦੀ ਜ਼ਿੰਦਗੀ ਕਾਫੀ ਬਿਜ਼ੀ ਹੁੰਦੀ ਹੈ ਕਈ ਵਾਰ ਪਰਿਵਾਰ ਜੋ ਹੈ ਕਾਫੀ ਨੈਗਲੈਕਟ ਹੋ ਜਾਂਦਾ ਹੈ ਸੋ ਮੁਕਾਬਲਾ ਕਾਫੀ ਟੱਕਰਦਾ ਸੀ ਅਬ ਦੇਖ ਰਹੇ ਹਾਂ ਕਿ ਬਹੁਤ ਵਧੀਆ ਗੇਮ ਲੱਗ ਰਹੀ ਹੈ ਸਿਕਲਾ ਸਾਹਿਬ ਇਸ ਤੋਂ ਇਲਾਵਾ ਤੁਸੀਂ ਕੁਕਿੰਗ ਸਕਿਲਸ ਵੀ ਕਾਫੀ ਦਿਖਾਈਆਂ ਕਿਉਂਕਿ ਹੌਸਟਲ ਸਟਾਈਲ ਲਾਈਫ ਜਿਹੜੀ ਹੁੰਦੀ ਹੈ ਉਦੋਂ ਕੁਕਿੰਗ ਬੰਦਾ ਜ਼ਿਆਦਾ ਕਰਦਾ ਹੈ ਔਰ ਹੁਣ ਘੱਟ ਮੌਕਾ ਮਿਲਦਾ ਹੋਵੇਗਾ ਉਹਨਾਂ ਪਰਿਵਾਰ ਲਈ ਕੀ ਕੀ ਡਿਸ਼ੇਸ ਬਣਾਈਆਂ ਤੁਸੀਂ ਦੇਖੋ ਮੈਂ ਜ਼ਿਆਦਾ ਕੁਝ ਫੈਮਿਲੀ ਦੇ ਵਿੱਚ ਸਾਰੇ ਮੇਰੇ ਵੈਜੀਟੇਰੀਅਨ ਹੈ ਤੇ ਮੈਨੂੰ ਕਦੇ-ਕਦੇ ਚਾਹ ਹੁੰਦਾ ਸੀਗਾ ਕੁਕਿੰਗ ਕਰਨ ਦਾ ਤੇ ਮੈਂ ਕਦੇ ਨਾਨ-ভেজ ਕੁੱਕ ਫੂਡ ਕਰ ਲੈਂਦਾ ਸੀ ਓਮਲੇਟ ਬਹੁਤ ਬਣਾਇਆ ਹੈ ਬੱਚਿਆਂ ਵਾਸਤੇ ਹਾਫ ਫਰਾਈ ਬਹੁਤ ਬਣਾਇਆ ਤੇ ਬਸ ਇੰਨਾ ਕੀ ਜਿਆਦਾ ਤਾਂ ਨਹੀਂ ਕਿ ਜਿਆਦਾ ਖਾਂ ਤੇ ਜਿਆਦਾ ਜ਼ੋਰ ਦਿੱਤਾ ਹੋਇਆ ਅੱਛਾ ਅੱਜਕੱਲ ਹੁਣ ਥੋੜਾ ਜਿਹਾ ਹਟਕੇ ਗੱਲ ਕਰਦੇ ਆ ਲਗਾਤਾਰ ਕਾਨਫਰੰਸ ਦੇ ਜ਼ਰੀਏ ਤੁਸੀਂ ਆਪਣੀ ਟੀਮ ਨਾਲ ਜੁੜੇ ਹੋਏ ਔਰ ਇੱਕ ਬੜਾ ਵੱਡਾ ਚੈਲੰਜ ਹੈ ਕਿ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਕਿਵੇਂ ਅਸੀਂ ਆਨਲਾਈਨ ਕੋਚਿੰਗ ਦੇਈਏ ਉਸ ਲਈ ਤੁਸੀਂ ਹੋਪ ਪੰਜਾਬ ਦੀ ਇੱਕ ਕੈਂਪੇਨ ਸ਼ੁਰੂ ਕੀਤੀ ਜਿਸ ਨੂੰ ਸ਼ਾਇਦ 5 ਮਿਲੀਅਨ ਹਿਟਸ ਮਿਲਿਆ ਨੇ ਜਿਹੜਾ ਕਿ ਬਹੁਤ ਘੱਟ ਹੁੰਦਾ ਹੈ ਕਿ ਆਮ ਤੌਰ ਤੇ ਸਿੰਗਰਾਂ ਨੂੰ ਤਾਂ ਹਿਟਸ ਮਿਲਦੇ ਆ ਲੇਕਿਨ ਇੱਕ ਕੈਂਪੇਨ ਨੂੰ ਇੰਨੀ ਹਿਟ ਮਿਲ ਲਈ ਇਹ ਕੈਂਪੇਨ ਬਾਰੇ ਦੱਸੋ ਕੀ ਕੈਂਪੇਨ ਹੈ ਦੇਖੋ ਇਹ ਕੈਂਪੇਨ ਨੂੰ ਹਿਟਸ ਗਾਣੇ ਨੂੰ 5 ਮਿਲੀਅਨ ਹਿਟਸ ਇਸ ਕਰਕੇ ਮਿਲੇ ਹਨ ਮੈਂ ਸਮਝਦਾ ਹਾਂ ਕਿਉਂਕਿ ਇਹ ਅੱਜ ਦੇ ਦੌਰ ਦੀ ਬਹੁਤ ਇੰਪੋਰਟੈਂਟ ਗੱਲ ਸੀ ਔਰ ਅਸੀਂ ਕੋਈ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦੇ ਸਾਰੇ ਬੱਚੇ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਆਂ ਉਹ ਸਾਰੇ ਬੱਚਿਆਂ ਨੂੰ ਅਸੀਂ ਇੱਕ ਪਲੈਟਫਾਰਮ ਦੇ ਸਕੀਏ ਸਾਰੇ ਬੱਚੇ ਆਪਣੇ ਘਰਾਂ ਵਿੱਚ ਰਹਿ ਕੇ ਹਰ ਕੰਮ ਕਰਕੇ ਬੋਰ ਹੋ ਚੁੱਕੇ ਸੀ ਚਾਹੇ ਕੈਰਮ ਬੋਰਡ ਦੀ ਗੱਲ ਹੈ ਤੇ ਚਾਹੇ ਲੂਡੋ ਦੀ ਗੱਲ ਹੈ ਤੇ ਚਾਹੇ ਕੋਈ ਵੀ ਗੇਮ ਦੀ ਗੱਲ ਹੈ ਔਰ ਪੜ੍ਹ ਕੇ ਵੀ ਬੋਰ ਹੋ ਚੁੱਕੇ ਸੀ ਮਾਪੇ ਵੀ ਬੱਚਿਆਂ ਨੂੰ ਕਿੰਨਾ ਕੁ ਪ੍ਰੈਸ਼ਰਾਈਜ਼ ਕਰ ਸਕਦੇ ਆਂ ਆਪਾਂ ਨੂੰ ਸਭ ਨੂੰ ਪਤਾ ਹੈ ਤੋ ਇਸ ਕਰਕੇ ਮੇਰੇ ਮਨ 'ਚ ਇੱਕ ਥੋਟ ਆਇਆ ਇਹ ਜਿਹੜੇ ਬੱਚੇ ਐ ਨਾ ਛ ਬੜਾ ਹੁਨਰ ਹੁੰਦਾ ਬੜਾ ਟੈਲੈਂਟ ਹੁੰਦਾ ਇਹਨਾਂ ਦੇ ਵਿੱਚ ਬੜਾ ਛੁਪਿਆ ਹੋਇਆ ਹਰ ਬੱਚੇ ਦੀ ਇੱਕ ਅੱਡ ਥਾਟ ਹੁੰਦੀ ਹੈ ਉਸ ਨੂੰ ਦੇਖਦੇ ਹੋਏ ਅਸੀਂ ਐਮਬੈਸਡਰਸ ਆਫ ਹੋਪ ਦੀ ਅਸੀਂ ਕੰਪੀਟੀਸ਼ਨ ਨੂੰ ਚਾਲੂ ਕੀਤਾ ਔਰ ਇਸ ਕੰਪੀਟੀਸ਼ਨ ਦੇ ਵਿੱਚ ਪਹਿਲੇ 3 ਦਿਨਾਂ ਦੇ ਵਿੱਚ ਅਪਰੋਕਸੀਮੇਟਲੀ ਅੱਜ ਦੁਪਹਿਰ ਸਵੇਰ ਤੱਕ ਮੈਂ ਦੇਖਿਆ ਸੀ ਆਂਕੜੇ ਕਿਉਂਕਿ ਅਸੀਂ ਕੈਂਪੇਨ ਨੂੰ 28 ਤਰੀਕ ਨੂੰ ਲਾਂਚ ਕੀਤਾ ਸੀ ਐਂਟਰੀਜ਼ ਨੂੰ 22000 ਬੱਚਿਆਂ ਨੇ ਹੁਣ ਤੱਕ ਆਪਣੇ ਵੀਡੀਓਜ਼ ਲੋਡ ਕੀਤੇ ਆ ਔਰ ਸਭ ਤੋਂ ਚੰਗੀ ਗੱਲ ਦੇਖਣ ਨੂੰ ਇਹ ਮਿਲੇਗੀ ਕਿ ਜੋ ਸਾਡਾ ਆਪਣਾ ਪੰਜਾਬ ਦਾ ਵਿਰਸਾ ਹੁੰਦਾ ਸੀ ਚਾਹੇ ਤਾਰਾ ਵਜਾਣ ਦੀ ਗੱਲ ਹੈ ਚਾਹੇ ਕੋਈ ਬੰਸਰੀ ਵਜਾਣ ਦੀ ਗੱਲ ਹੈ ਤੇ ਚਾਹੇ ਸਾਡੇ ਆਜ਼ਾਦੀ ਦੇ ਦਿਹਾੜੇ ਦੇ ਜਿਹੜੇ ਦਿਨਾਂ ਨਾਲ ਜੁੜੇ ਹੋਏ ਜਿਹੜੇ ਗਾਣੇ ਹੁੰਦੇ ਆ ਉਸ ਦੀ ਗੱਲ ਹੈ ਉਹ ਸਾਰੀਆਂ ਚੀਜ਼ਾਂ ਬੱਚਿਆਂ ਦੇ ਟੈਲੈਂਟ ਦੇ ਨਾਲ ਨਿਕੜ ਕੇ ਬਾਹਰ ਆ ਨਹੀਂ ਤੋ ਇਸ ਨਾਲ ਇਹ ਗੱਲ ਨਿਕਲ ਕੇ ਆਈ ਹੈ ਕਿ ਜਿਹੜਾ ਸਾਡਾ ਵਿਰਸਾ ਹੈ ਉਹ ਕਾਇਮ ਹੈ ਤੇ ਬੱਚੇ ਜਿਹੜੇ ਅੱਜ ਪੈਦਾ ਹੋ ਰਹੇ ਆ ਜਾਂ ਜਿਹੜੇ ਬੱਚੇ ਅੱਜ 8-9 ਸਾਲ ਉਮਰ ਦੇ ਆ ਉਹਨਾਂ ਨੂੰ ਵੀ ਇਸ ਗੱਲ ਦੀ ਇਸ ਟੈਲੈਂਟ ਉਹਨਾਂ ਦੇ ਵਿੱਚ ਯੂ ਨੋ ਬਿਚ ਹੈਗਾ ਤੇ ਜਿੱਥੇ ਤੱਕ ਇਸ ਕੈਂਪੇਨ ਦੀ ਗੱਲ ਹੈ ਅਸੀਂ ਇਹ ਗਾਣਾ ਆਪ ਬਣਾਇਆ ਆਪ ਲਿਰਿਕਸ ਲਿਖੇ ਇਹਦੇ ਤੇ ਇਸ ਦੇ ਵਿੱਚ ਆਪ ਅਸੀਂ ਹਰ ਚੀਜ਼ ਨੂੰ ਇਨਫਿਊਜ਼ ਕੀਤਾ ਤਾਂ ਕਿ ਜਿਹੜੇ ਸਾਡੇ ਫਿਊਚਰ ਦੇ ਬੱਚੇ ਆ ਜਿਹੜੇ ਸਾਡੇ ਪੰਜਾਬ ਦੀ ਹੋਪ ਹੈ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਸੂਬੇ ਦੀ ਨਹੀਂ ਦੇਸ਼ ਦੀ ਸੇਵਾ ਵੱਖ-ਵੱਖ ਅਦਾਰਿਆਂ ਵਿੱਚ ਬੈਠ ਕੇ ਕਰਨੀ ਹੈ ਉਹਨਾਂ ਨੂੰ ਦੇਖਦੇ ਹੋਏ ਅਸੀਂ ਸਾਰਿਆਂ ਨੇ ਇਸ ਇਹਨੂੰ ਗਾਣੇ ਨੂੰ ਬਣਾਇਆ। ਜ਼ਿਆਦਾਤਰ ਜਿਹੜੇ ਬੱਚੇ ਇਸ ਵਿੱਚ ਦਿਖਾਏ ਗਏ ਉਹ ਵੀ ਪੰਜਾਬ ਦੇ ਸਕੂਲਾਂ ਦੇ ਬੱਚੇ ਆ। ਬਿਲਕੁਲ ਪੰਜਾਬ ਦੇ ਸਕੂਲਾਂ ਦੇ ਬੱਚੇ ਆ ਔਰ ਸਭ ਤੋਂ ਵੱਡੀ ਗੱਲ ਇਹ ਗਾਣਾ ਪੰਜਾਬੀ ਚ ਹੈ। ਤੇ ਜਿਹਨੂੰ ਨੈਸ਼ਨਲ ਲੈਵਲ ਦੇ ਉੱਪਰ ਕੱਲ ਅਸੀਂ ਨੰਬਰ 3 ਤੇ ਪੂਰੇ ਕੰਟਰੀ ਦੇ ਵਿੱਚ ਅਸੀਂ ਟ੍ਰੈਂਡ ਕਰ ਰਹੇ ਸੀਗੇ। ਔਰ ਜੇ 5 ਮਿਲੀਅਨ ਪਹਿਲੇ ਅੱਧੇ ਘੰਟੇ ਚ 3.5 ਮਿਲੀਅਨ ਹਿਟਸ ਇਸ ਗਾਣੇ ਦੇ ਉੱਪਰ ਸੀਗੇ ਔਰ ਅਸੀਂ ਉਸ ਤੋਂ ਬਾਅਦ ਨੈਸ਼ਨਲੀ ਟ੍ਰੈਂਡ ਕੀਤਾ ਨੰਬਰ 3 ਤੇ। ਇਸ ਤੋਂ ਪਤਾ ਲੱਗਦਾ ਕਿ ਇਸ ਮੁਹਿੰਮ ਦਇਆ ਇਸ ਥੋਟ ਦਾ ਇਸ ਇੰਟੈਂਟ ਦਾ ਕਿੰਨਾ ਵੱਡਾ ਮਕਸਦ ਜ਼ਮੀਨ ਤੇ ਗਿਆ ਔਰ ਸ਼ਾਇਦ ਕੋਈ ਵੀ ਸੁਭਾ ਹਿੰਦੁਸਤਾਨ ਦਾ ਐਸਾ ਨਹੀਂ ਜਾਂ ਕੋਈ ਵੀ ਇੱਕ ਉਹ ਸਿੱਖਿਆ ਵਿਭਾਗ ਦੀ ਗੱਲ ਨਹੀਂ ਇਹ ਗੱਲ ਇਹ ਹੈ ਕਿ ਅਸੀਂ ਆਪਣੇ ਫਿਊਚਰ ਦੇ ਟੈਲੈਂਟ ਨੂੰ ਕਿਸ ਤਰ੍ਹਾਂ ਬਾਹਰ ਕੱਢ ਸਕਦੇ ਹਾਂ ਇਹ ਉਸ ਦੇ ਬਾਰੇ ਇੱਕ ਪ੍ਰੋਗਰਾਮ ਹੈ ਜਿਹੜਾ ਅਸੀਂ ਘਰ ਬੈਠ ਕੇ ਕਰ ਸਕਦੇ ਹਾਂ ਔਰ ਜੇ ਤੁਸੀਂ ਕੁਝ ਆਪਣੇ ਵੀਡੀਓਜ਼ ਦੇਖੋਗੇ ਮੇਰੇ ਚਾਹੇ ਮੇਰੇ ਟਵਿੱਟਰ ਅਕਾਊਂਟ ਤੋਂ ਦੇਖੋ ਚਾਹੇ ਮੇਰੇ ਫੇਸਬੁੱਕ ਦੇ ਉੱਪਰ ਮੈਂ ਕੁਝ ਲੋਡ ਕੀਤੀਆਂ ਵੀਡੀਓਜ਼ ਜਿਹੜੀਆਂ ਮੈਨੂੰ ਬਹੁਤ ਜ਼ਿਆਦਾ ਚੰਗੀਆਂ ਲੱਗੀਆਂ ਉਹਦੇ ਵਿੱਚ ਹਰ ਛੋਟੇ ਤੋਂ ਛੋਟੇ ਬੱਚੇ ਦੀ ਵੀਡੀਓ ਚੋਂ ਤੁਸੀਂ ਕੁਝ ਸਿੱਖ ਸਕਦੇ ਹੋ ਗੱਲ ਤਾਂ ਇਹ ਹੈ ਕਿ ਸਾਡੇ ਮਨ ਦੇ ਵਿੱਚ ਸਿੱਖਣ ਦੀ ਇੰਟੈਂਟ ਹੈ ਕਿ ਨਹੀਂ ਹੈ ਹਾਂ ਹਲੇ ਅੱਜ ਦਾ ਦਿਨ ਬਾਕੀ ਹੈ ਦੋ ਦਿਨ ਹਲੇ ਹੋਰ ਬਾਕੀ ਹੈ 3 ਤਰੀਕ ਰਾਤ ਨੂੰ 12 ਵਜੇ ਤੱਕ ਇਹਦੀਆਂ ਐਂਟਰੀਜ਼ ਅਪਲੋਡ ਹੋ ਸਕਦੀਆਂ ਬਹੁਤ ਸਾਰੇ ਬੱਚਿਆਂ ਨੇ ਆਪਣੇ ਪਲਾਨ ਨੂੰ ਬਣਾਇਆ ਹੈ ਔਰ ਇਹਦੇ ਨਾਲ ਕੱਲੇ ਬੱਚਿਆਂ ਦੀ ਇਨਵੋਲਵਮੈਂਟ ਨਹੀਂ ਹੋ ਰਹੀ ਇਹਦੇ ਨਾਲ ਪੇਰੈਂਟਸ ਦੀ ਇਨਵੋਲਵਮੈਂਟ ਵੀ ਨਾਲ ਹੋਗੀ ਔਰ ਉਸ ਤੋਂ ਬਾਅਦ ਬਿਲਕੁਲ ਬੱਚੇ ਅੱਜਕੱਲ ਘਰਾਂ ਦੇ ਵਿੱਚ ਬੰਦ ਨੇ ਪੇਰੈਂਟਸ ਲਈ ਇੱਕ ਬੜਾ ਵੱਡਾ ਚੈਲੰਜ ਸੀਗਾ ਕਿ ਉਹਨਾਂ ਨੂੰ ਕਿਵੇਂ ਪੋਜ਼ਿਟਿਵ ਰੱਖੀਏ ਉਹ ਖਾਸ ਤੌਰ ਤੇ ਉਹਨਾਂ ਨੂੰ ਵੀਡੀਓ ਗੇਮ ਤੋਂ ਸਾਈਡ ਤੇ ਕਰਕੇ ਕੁਝ ਕ੍ਰੀਏਟਿਵ ਕੰਮ ਕਰਾਈਏ ਨਹੀਂ ਨਾਲੇ ਦੂਜੀ ਗੱਲ ਇਹ ਸੀ ਬੱਚੇ ਅੱਜਕੱਲ ਜੇ ਦੁੱਧ ਪੀਂਦੇ ਆ ਤਾਂ ਵੀ ਵੀਡੀਓ ਗੇਮ ਖੇਡ ਰਹੇ ਹੁੰਦੇ ਸੀ ਤੇ ਮਾਪੇ ਨੂੰ ਵੀ ਇਹ ਹੁੰਦਾ ਸੀ ਯਾਰ ਕਿ ਆਹ ਵੀਡੀਓ ਗੇਮ ਇਹਨੂੰ ਮੋਬਾਈਲ ਫੜਾ ਦੋ ਤੇ ਇਹਨੇ ਜੇ ਕੰਮ ਹੋ ਗਿਆ ਤੇ ਬੱਚੇ ਦਾ ਮਾਈਂਡ ਕਿਤੇ ਡਿਵੈਲਪ ਨਹੀਂ ਹੋ ਰਿਹਾ ਸੀ ਸੋ ਵੈਨ ਯੂ ਲੁੱਕ ਐਟ ਥੈਟ ਤਾਂ ਮੈਂ ਸਮਝਦਾ ਕਿ ਉਹ ਗੱਲਾਂ ਨੂੰ ਦੇਖਦੇ ਹੋਏ ਜਿਹੜਾ ਇਹ ਵਾਲਾ ਕ ਪ੍ਰੋਸੈਸ ਅਸੀਂ ਚਾਲੂ ਕੀਤਾ ਉਸ ਕੈਂਪੇਨ ਦੇ ਪ੍ਰੋਸੈਸ ਨੇ ਸਾਡੇ ਬੱਚਿਆਂ ਨੂੰ ਬੱਚੇ ਦੇ ਮਾਤਾ ਪਿਤਾ ਨੂੰ ਬੱਚਿਆਂ ਦੇ ਟੀਚਰਸ ਨੂੰ ਤੇ ਬੱਚਿਆਂ ਦੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਰਿਵਾਰ ਨੂੰ ਇਨਵੋਲ ਕਰਤਾ ਤੇ ਉਹਨਾਂ ਦੇ ਮਾਈਂਡ ਦੇ ਵਿੱਚ ਜਿਹੜੀ ਨੈਗੇਟਿਵਿਟੀ ਜਨਰੇਟ ਹੋ ਰਹੀ ਸੀ ਜੋ ਮੇਰਾ ਮੇਨ ਮਕਸਦ ਸੀਗਾ ਉਹ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਵਿੱਚ ਕਿਵੇਂ ਲੈ ਕੇ ਆਣਾ ਉਸ ਗੱਲ ਦੇ ਵਿੱਚ ਜੋ ਮੇਰਾ ਮਕਸਦ ਸੀ ਮੈਂ ਉਹਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸਾਰੇ ਲੋਕ ਇਹਨੂੰ ਇਸ ਕਰਕੇ ਲਾਈਕ ਵੀ ਕਰ ਰਹੇ ਹਨ ਬਿਕੋਜ਼ ਇਹ ਇੱਕ ਚੰਗੀ ਚੀਜ਼ ਹੈ ਇਹ ਬੱਚਿਆਂ ਨਾਲ ਜੁੜੀ ਹੋਈ ਚੀਜ਼ ਹੈ ਬੱਚਿਆਂ ਦੇ ਭਵਿੱਖ ਵਾਸਤੇ ਜੁੜੀ ਹੋਈ ਚੀਜ਼ ਹੈ ਵਕਤ ਦੇ ਨੈਗੇਟਿਵਿਟੀ ਦੇ ਲਾਕਡਾਊਨ ਦੇ ਵਕਤ ਦੇ ਵਿੱਚ ਕਿਸ ਤਰ੍ਹਾਂ ਪੋਜ਼ਿਟਿਵਿਟੀ ਵਾਲੇ ਪਾਸੇ ਜਾਣਾ ਹੈ ਜਾਂ ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਸਮਝਣਾ ਹੈ ਉਸ ਦੇ ਨਾਲ ਜੁੜੀ ਹੋਈ ਚੀਜ਼ ਹੈ ਸੋ ਆਈ ਥਿੰਕ ਹਾਂ ਅਸੀਂ ਇਹਦੇ ਵਿੱਚ ਪ੍ਰਾਈਜ਼ ਮਨੀ ਜ਼ਰੂਰ ਰੱਖਿਆ ਉਹ ਇਸ ਕਰਕੇ ਰੱਖਿਆ ਕਿ ਬੱਚੇ ਬੱਚਾ ਨੂੰ ਇਹ ਵਾਲੀ ਫੀਲਿੰਗ ਹੁੰਦੀ ਹੈ ਕਿ ਮੈਂ ਅਗਰ ਇਹ ਕਰੂੰਗਾ ਮੈਨੂੰ ਮਿਲੂਗਾ ਕੀ ਸੋ ਇੱਕ ਤਾਂ ਇਹ ਹੈ ਕਿ ਜਿੰਨੇ ਬੱਚੇ ਪਾਰਟਿਸਿਪੇਟ ਕਰਨਗੇ ਕੀ ਪ੍ਰਾਈਜ਼ਸ ਰੱਖੇ ਉਹਨਾਂ ਨੂੰ ਅਸੀਂ ਐਮਬੈਸਡਰਸ ਆਫ ਹੋਪ ਦਾ ਅਸੀਂ ਇੱਕ ਆਪਣੇ ਵੱਲੋਂ ਸਰਟੀਫਿਕੇਟ ਦੇਵਾਂਗੇ ਔਰ ਇਸ ਤੋਂ ਇਲਾਵਾ ਜਿੱਥੇ ਤੱਕ ਪ੍ਰਾਈਜ਼ਸ ਦੀ ਗੱਲ ਹੈ ਪੂਰੇ ਪੰਜਾਬ ਦੇ 22 ਜ਼ਿਲ੍ਹੇ ਆ ਤੇ ਹਰ ਜ਼ਿਲ੍ਹੇ ਚ ਅਸੀਂ ਤਿੰਨ ਤਿੰਨ ਪ੍ਰਾਈਜ਼ਸ ਰੱਖੇ ਆ ਔਰ ਜਿਹੜੇ ਬੱਚੇ ਪਹਿਲੀ ਪੋਜੀਸ਼ਨ ਤੇ ਆਣਗੇ ਉਹਨਾਂ ਨੂੰ ਅਸੀਂ ਆਈਪੈਡ ਦੇਣ ਦਾ ਫੈਸਲਾ ਕੀਤਾ ਹੈ ਜਿਹੜੇ ਬੰਦੇ ਬੱਚੇ ਦੂਜੀ ਪੋਜੀਸ਼ਨ ਤੇ ਆਣਗੇ ਉਹਨਾਂ ਨੂੰ ਲੈਪਟਾਪ ਤੇ ਜਿਹੜੇ ਬੱਚੇ ਤੀਜੀ ਪੋਜੀਸ਼ਨ ਤੇ ਆਣਗੇ ਉਹਨਾਂ ਨੂੰ ਅਸੀਂ ਟੈਬਲੇਟ ਦੇਣ ਦਾ ਵਾਅਦਾ ਕੀਤਾ ਹੈ ਔਰ ਜਿਹੜੇ ਸਕੂਲਸ ਚੋ ਹਾਈਐਸਟ ਪਾਰਟਿਸਪੇਸ਼ਨ ਆਊਗੀ ਉਹ ਸਕੂਲਸ ਨੂੰ ਵੀ ਅਵਾਰਡ ਕਰਨਾ ਹੈ ਔਰ ਜਿਹੜੇ ਸਕੂਲਾਂ ਦੇ ਬੱਚੇ ਪਹਿਲੀ ਪੋਜੀਸ਼ਨ ਤੇ ਆਣਗੇ ਉਹ ਸਕੂਲਾਂ ਨੂੰ ਵੀ ਅਸੀਂ ਅਵਾਰਡ ਕਰਨਾ ਹੈ ਇਸ ਕਰਕੇ ਕਿ ਜਿਹੜਾ ਬੱਚਾ ਫਰਸਟ ਆਂਦਾ ਉਹਦੇ ਡਿਵੈਲਪਮੈਂਟ ਦੇ ਵਿੱਚ ਉਹਦੇ ਪੂਰੇ ਸਕੂਲ ਦੀ ਪੂਰੇ ਟੀਚਰਸ ਦੀ ਪ੍ਰਿੰਸੀਪਲ ਦੀ ਪੁਰਿਆਂ ਦੀ ਕੰਟਰੀਬਿਊਸ਼ਨ ਹੁੰਦੀ ਹੈ ਅੱਛਾ ਕਰੋਨਾ ਸੰਕਟ ਨਾਲ ਪੰਜਾਬ ਦੇ ਵਿੱਤੀ ਸੰਕਟ ਤੇ ਬਹੁਤ ਵੱਡਾ ਆਇਆ ਲੇਕਿਨ ਇਸ ਗੱਲ ਦਾ ਲੋਕਾਂ ਨੂੰ ਬਹੁਤ ਘੱਟ ਅੰਦਾਜ਼ਾ ਹੈ ਕਿ ਜਿਹੜਾ ਐਜੂਕੇਸ਼ਨ ਸਿਸਟਮ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਈ ਕਿਉਂਕਿ ਬੱਚੇ ਜਿਹੜੇ ਆ ਕਈਆਂ ਦੇ ਐਗਜ਼ਾਮ ਨਹੀਂ ਹੋ ਪਏ ਲਾਸਟ ਟਰਮ ਦੇ ਔਰ ਨਵੀਂ ਟਰਮਸ ਜਿਹੜੀਆਂ ਨੇ ਉਹ ਲੇਟ ਸ਼ੁਰੂ ਹੋਣਗੀਆਂ ਉਹਨੂੰ ਕਿਵੇਂ ਕੰਪਨਸੇਟ ਕਰਨ ਵਾਲੇ ਉਹਦਾ ਬਲੂਪ੍ਰਿੰਟ ਤਿਆਰ ਹੈ ਤੁਹਾਡੇ ਕੋਲ ਬਿਲਕੁਲ ਜਿੱਥੇ ਤੱਕ ਆਨਲਾਈਨ ਕਲਾਸਿਸ ਦੀ ਗੱਲ ਹੈ ਜਦੋਂ ਵੀ ਕਿਉਂਕਿ ਹੁਣ ਸਕੂਲ ਇੱਕ ਸਭ ਤੋਂ ਲਾਸਟ ਪੈਰਾਮਿਟ ਪੈਰਾਮਿਟ ਦੇ ਵਿੱਚ ਆਉਂਦਾ ਤੇ ਹੋ ਸਕਦਾ ਹੈ ਕਿ ਸਕੂਲ ਹਲੇ 2-3 ਮਹੀਨੇ ਨਾ ਖੁੱਲਣ ਜਿਸ ਤਰ੍ਹਾਂ ਅੱਜ ਮੈਂ ਦੇਖ ਰਿਹਾ ਸੀ ਪੰਜਾਬ ਸਰਕਾਰ ਨੇ ਪਰਸੋਂ ਹੀ 17 ਤਰੀਕ ਤੱਕ ਲਾਕਡਾਊਨ ਵਧਾਇਆ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਜਦ ਤੱਕ ਸਾਡੇ ਸਾਡੇ ਵਾਸਤੇ ਸਭ ਤੋਂ ਪਹਿਲਾਂ ਬੱਚਿਆਂ ਦੀ ਸੇਫਟੀ ਤੇ ਸਿਕਿਉਰਿਟੀ ਸਾਡੇ ਵਾਸਤੇ ਪ੍ਰਾਈਮ ਫੋਕਸ ਹੈ ਔਰ ਉਹ ਉਸ ਸਾਡੇ ਵਾਸਤੇ ਸਭ ਤੋਂ ਇੰਪੋਰਟੈਂਟ ਗੱਲ ਅੱਜ ਦੀ ਡੇਟ ਚ ਉਹ ਵਾਲੀ ਹੈ ਉਸ ਤੋਂ ਬਾਅਦ ਜਦੋਂ ਵੀ ਸਕੂਲ ਖੁੱਲਦੇ ਹਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਇਸੇ ਕਰਕੇ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਸਮਰ ਵਕੇਸ਼ਨ ਨੂੰ ਐਡਵਾਂਸ ਕਰਤਾ ਸੀ ਜਿਹੜੀਆਂ ਸਮਰ ਵਕੇਸ਼ਨਸ ਜੂਨ ਚ ਹੁੰਦੀਆਂ ਸੀ ਅਸੀਂ ਉਹਨਾਂ ਨੂੰ ਐਡਵਾਂਸ ਕਰਕੇ 10 ਮਈ April ਤੋਂ ਲੈ ਕੇ 10 ਮਈ ਤੱਕ ਅਸੀਂ ਉਹਨਾਂ ਨੂੰ ਕੀਤਾ ਸੀ ਤਾਂ ਕਿ ਅਸੀਂ ਉਹ ਇੱਕ ਮਹੀਨੇ ਦੇ ਪੀਰੀਅਡ ਨੂੰ ਪਹਿਲਾਂ ਹੀ ਇਨਵੋਲ ਕਰ ਲਈਏ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਜਾਂ ਸਿਲੇਬਸ ਦਾ ਨੁਕਸਾਨ ਨਾ ਹੋਵੇ ਦੂਜੀ ਗੱਲ ਆਂਦੀ ਆ ਔਨਲਾਈਨ ਕਲਾਸਿਸ ਦੀ ਉਸ ਦੇ ਵਾਸਤੇ ਅਸੀਂ ਆਪਣੇ ਵੱਲੋਂ ਬਿਲਕੁਲ ਤਿਆਰ ਹਾਂ ਪਹਿਲਾਂ ਸਾਡੇ ਆਲਰੇਡੀ ਸਰਕਾਰੀ ਸਕੂਲਾਂ ਦੇ ਟੀਚਰਸ ਬੱਚਿਆਂ ਨੂੰ ਵਟਸਐਪ ਗਰੁੱਪਸ ਦੇ ਉੱਪਰ ਲੈਸਨਸ ਭੇਜ ਰਹੇ ਹਾਂ ਕਈ ਜਗ੍ਹਾ ਤੇ ਇੰਟਰਨੈਟ ਦੀ ਪ੍ਰੋਬਲਮ ਆਉਂਦੀ ਹੈ ਕਈ ਜਗ੍ਹਾ ਪੈਕ ਖਤਮ ਹੋ ਗਿਆ ਕਈ ਜਗ੍ਹਾ ਇੰਟਰਨੈਟ ਦੀ ਸਪੀਡ ਸਲੋ ਹੈ ਉਸ ਗੱਲ ਨੂੰ ਵੀ ਅਸੀਂ ਜਿਹੜੀ ਭਾਰਤ ਸਰਕਾਰ ਨਾਲ ਵੀਡੀਓ ਕਾਨਫਰੈਂਸਿੰਗ ਹੋਈ ਹੈ ਉਸ 'ਤੇ ਰੱਖਿਆ ਤਾਂ ਕਿ ਭਾਰਤ ਸਰਕਾਰ ਦੇ ਜਿਹੜੇ ادارے ਦੇਖਦੇ ਆਂ ਚਾਹੇ ਉਹ ਆਈਟੀ ਦੇ ਕਮਿਊਨੀਕੇਸ਼ਨ ਦਾ ਵਿਭਾਗ ਹੈ ਤੇ ਚਾਹੇ ਐਚਆਰਡੀ ਦਾ ਵਿਭਾਗ ਹੈ ਜਿਹੜੇ ਗੱਲਾਂ ਇਹਨਾਂ ਨੂੰ ਦੇਖਦੇ ਆਂ ਅਸੀਂ ਉਹਨਾਂ ਕਰਕੇ ਗੱਲ ਰੱਖੀ ਹੈ ਕਿ ਤੁਸੀਂ ਜਿਹੜੇ ਇਲਾਕਿਆਂ 'ਚ ਇੰਟਰਨੈਟ ਸਲੋ ਹੈ ਜਾਂ ਕਿਥੇ ਜਗ੍ਹਾ 'ਤੇ ਪ੍ਰਾਈਵੇਟ ਟੀਵੀ ਚੈਨਲਸ ਨੂੰ ਕਹਿਣ ਦੀ ਲੋੜ ਹੈ ਕਿ ਸਾਨੂੰ ਆਪਣਾ ਪਲੈਟਫਾਰਮ ਦਿਓ ਫ੍ਰੀ ਆਫ ਕਾਸਟ ਟੂ ਰਨ ਦੀ ਲੈਸਨਸ ਉੱਥੇ ਅਸੀਂ ਕਿਉਂਕਿ ਅੱਜ ਨੈਸ਼ਨਲ ਡਿਜ਼ਾਸਟਰ ਚੱਲ ਰਿਹਾ ਹੈ ਦੇ ਨੈਸ਼ਨਲ ਡਿਜ਼ਾਸਟਰ ਐਕਟ ਦੇ ਅਧੀਨ ਹਰ ਬੰਦੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਵੇਂ ਸਰਕਾਰ ਕਹਿੰਦੀ ਹੈ ਸਾਨੂੰ ਕਰਨਾ ਪੈਂਦਾ ਹੈ ਤੋ ਅਸੀਂ ਸਾਰੇ ਚੈਨਲਸ ਵਾਸਤੇ ਵੀ ਇਹ ਕਿਹਾ ਹੈ ਭਾਰਤ ਸਰਕਾਰ ਨੂੰ ਕਿ ਤੁਸੀਂ ਸਾਡੇ ਚੈਨਲਸ ਦੇ ਉੱਪਰੋਂ ਦੋ ਦੋ ਚਾਰ ਚਾਰ ਘੰਟੇ ਦਿਓ ਕਿਉਂਕਿ ਅਸੀਂ ਅਗਰ ਇੱਕ ਇੱਕ ਚੈਨਲ ਦੇ ਉੱਪਰ ਬੱਚਿਆਂ ਦਾ ਲੈਕਚਰ ਚਲਾਣਾ ਹੈ ਤਾਂ ਹਰ ਕਲਾਸ ਦੇ ਇੱਕ ਬੱਚੇ ਦੀ ਪੜ੍ਹਾਈ 6 ਘੰਟੇ ਦੀ ਹੈ ਤਾਂ ਹਰ ਕਲਾਸ ਵਾਸਤੇ ਸਾਨੂੰ 6-6 ਘੰਟੇ ਵਾਸਤੇ ਸਾਨੂੰ ਚੈਨਲ ਚਾਹੀਦੇ ਆ ਤੇ ਕੋਈ ਸਰਕਾਰ ਵੀ ਪ੍ਰਾਈਵੇਟ ਤੌਰ ਦੇ ਉੱਪਰ ਆਪਣੇ ਤੌਰ ਦੇ ਉੱਪਰ ਚੈਨਲਸ ਨੂੰ ਬਾਏ ਨਹੀਂ ਕਰ ਸਕਦੀ। ਸਿੱਖਿਆ ਦੇ ਖੇਤਰ ਤੋਂ ਹਟ ਕੇ ਗੱਲ ਕਰਦੇ ਆ ਤੁਹਾਡੇ ਸ਼ਹਿਰ ਦਾ ਇੱਕ ਪੁਲਿਸ ਆਫੀਸਰ ਦਾ ਹੱਥ ਕਟਿਆ ਗਿਆ ਸੀ ਔਰ ਉਹ ਵਾਪਸ ਆਪਣੇ ਘਰ ਫੜਤਾਇਆ ਗਿਆ। ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਬੜੀ ਬਹਾਦਰੀ ਨਾਲ ਉਹਨਾਂ ਨੇ ਆਪਣੀ ਬਹਾਦਰੀ ਸਬੂਤ ਦਿੱਤਾ ਔਰ ਸਰਕਾਰ ਨੇ ਵੀ ਉਹਨਾਂ ਦੀ ਬਾਹ ਫੜੀ ਔਰ ਬੜੀ ਚੰਗੀ ਉਹਨਾਂ ਨੂੰ ਨਾ ਸਿਰਫ ਪ੍ਰੋਮੋਸ਼ਨ ਦਿੱਤੀ ਉਹਨਾਂ ਦੀ ਦੇਖਭਾਲ ਬੜੀ ਵਧੀਆ। ਲੀ ਆਈ ਥਿੰਕ ਪੰਜਾਬ ਪੁਲਿਸ ਨੇ ਹਮੇਸ਼ਾ ਸਾਡੇ ਸੂਬੇ ਨੂੰ ਲੀਡ ਕੀਤਾ ਜਦੋਂ ਵੀ ਪੰਜਾਬ ਤੇ ਸੰਕਟ ਆਇਆ ਹੈ ਚਾਹੇ ਕਦੇ ਹੱਤਬਾਦ ਦਾ ਸੰਕਟ ਆਇਆ ਉਹਨਾਂ ਨੇ ਉਸ ਵੇਲੇ ਵੀ ਕਦੇ ਪ੍ਰਵਾਹ ਨਹੀਂ ਕੀਤੀ ਆਪਣੇ ਪਰਿਵਾਰਾਂ ਦੀਆਂ ਜਾਨਾਂ ਨੂੰ ਨਿਸ਼ਾਵਰ ਕਰਕੇ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਲੈ ਕੇ ਆਂਦੀ ਗੱਲ ਕੀਤੀ ਸੀ ਔਰ ਅੱਜ ਵੀ ਜਦੋਂ ਸੰਕਟ ਆਇਆ ਤੇ ਜਦੋਂ ਐਸੇ ਲੋਕ ਜਿਹੜੇ ਪੁਲਿਸ ਦੀ ਕਾਰਗੁਜ਼ਾਰੀ ਦੀ ਉਲੰਘਣਾ ਕਰਦੇ ਆ ਜਾਂ ਜਿਹੜੀ ਕਰੋਨਾ ਦੇ ਵਾਇਰਸ ਦੇ ਵੇਲੇ ਜੋ ਲਾਕਡਾਊਨ ਲੱਗਿਆ ਜਾਂ ਕਰਫਿਊ ਲੱਗਿਆ ਉਸੇ ਲੰਘਣਾ ਕਰਦੇ ਆ ਉਹਨਾਂ ਦੇ ਉੱਪਰ ਉਹਨਾਂ ਨੇ ਵਾਰੀਅਰਸ ਕੀਤਾ ਅੱਜ ਤੁਸੀਂ ਇਹ ਦੇਖੋ ਕਿ ਅਸੀਂ ਹਮੇਸ਼ਾ ਵਾਰੀਅਰਸ ਨੂੰ ਫਰੰਟਲਾਈਨ ਵਾਰੀਅਰਸ ਨੂੰ ਸਪੋਰਟ ਕਰਦੇ ਆ ਚਾਹੇ ਉਹ ਹੈਲਥ ਵਰਕਰਸ ਹੈ ਚਾਹੇ ਉਹ ਮਿਊਨਿਸਪਲ ਕਮੇਟੀ ਦੇ ਵਰਕਰਸ ਹੈ ਤੇ ਚਾਹੇ ਉਹ ਪੁਲਿਸ ਵਰਕਰਸ ਹੈ ਆਪਾਂ ਸਾਰੇ ਲੋਕ ਤਾਂ ਕਹਿੰਦੇ ਆ ਕਿ ਆਪਾਂ ਆਪਣੇ ਆਪਣੇ ਘਰਾਂ 'ਚ ਰਹੀਏ ਬਟ ਇਹ ਸਾਰੇ ਉਹ ਲੋਕ ਐ ਜਿਹੜੇ ਆਪਣੇ ਘਰਾਂਦਿਆਂ ਨੂੰ ਛੱਡ ਕੇ ਆਪ ਦੂਜਿਆਂ ਦੀ ਸੇਵਾ ਵਾਸਤੇ ਸਾਡੇ ਲੋਕਾਂ ਦੀ ਸਿਕਿਉਰਿਟੀ ਤੇ ਸੇਫਟੀ ਵਾਸਤੇ ਇਹ ਸਾਰੇ ਲੋਕ ਬਾਹਰ ਘੁੰਮ ਰਹੇ ਆ ਤੇ ਜੇ ਕੋਈ ਲੋਕ ਇਹਨਾਂ ਦੇ ਉੱਪਰ ਵਾਰ ਕਰਨਗੇ देन हाउ विल ਵੀ ਰਨ ਦਾ ਸਟੇਟ অর ਹਾਊ विल ਵੀ ਸੇਵ ਆਰ ਸਟੇਟ ਤੋਂ ਇਸ ਕਰਕੇ ਜਿਹੜੇ ਲੋਕਾਂ ਨੇ ਇਹ ਕੰਮ ਕੀਤਾ ਸੀ ਉਹਨਾਂ ਦੇ ਉੱਪਰ ਵੀ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੈ ਔਰ ਐਸੇ ਜਿਹੜੇ ਸਾਡੇ ਕਰੋਨਾ ਵਾਰੀਅਰਸ ਆ ਜਾਂ ਜਿਹੜੇ ਸਾਡੇ ਪੁਲਿਸ ਦੇ ਮੁਲਾਜ਼ਮ ਜਿਹੜਾ ਆਫੀਸਰ ਹੈ ਜੀ ਨੇ ਜਿਹਦਾ ਹੱਥ ਕੱਟ ਗਿਆ ਸੀ ਉਸ ਨੂੰ ਸਰਕਾਰ ਨੇ ਆਪਣੇ ਵੱਲੋਂ ਹਰ ਤਰ੍ਹਾਂ ਦਾ ਪੁਰਸਕਾਰ ਦੇਣ ਦੀ ਗੱਲ ਕੀਤੀ ਹੈ ਐਂਡ ਆ ਵੀ ਸੈਲੂਟ ਆਲ ðiਸ ਪੀਪਲ ਹੂ ਹੈਵ ਡਨ ਹਾਰਡ ਵਰਕ ਡੂਰੀਂਗ ðiਸ ਕੋਵਿਡ-19 ਚਾਹਣ ਵਾਪਸ ਆਨੇ ਆ ਤੁਹਾਡੇ ਕੁਕਿੰਗ ਸਕਿੱਲ ਦੇ ਅੱਜ ਕੀ ਬਣਾ ਕੇ ਦਿਖਾਉਣ ਵਾਲੇ ਹੋ ਬੱਚੇ ਬਹੁਤ ਖੁਸ਼ ਹੋਣਗੇ ਕਿ ਕੁਛ ਨਾ ਕੁਛ ਨਵਾਂ ਅੱਜ ਮੈਂ ਟਾਈਮ ਸਪੈਂਡ ਕਰ ਰਿਹਾ ਮੈਂ ਅੱਜ ਐਕਚੁਅਲੀ ਕੱਲ 버ਗਰਸ ਲੈ ਕੇ ਆਇਆ ਸੀ ਕਿ ਬੇકરી ਖੁੱਲੀ ਸੀ ਉਥੋਂ 버ਗਰਸ ਲਿਆਂਦੇ ਸੀ ਸੋ ਆਈ ਥਿੰਕ ਆਲ ਬੀ ਮੇਕਿੰਗ 버ਗਰਸ ਫਾਰ them ਟੂਡੇ ਹਾਲਾਂਕਿ ਮਾਈ ਵਾਈਫ ਇਜ਼ ਗੋਇੰ ਟੂ ਹੈਲਪ ਮੀ ਬਟ ਲੇਕਿਨ ਆਈ ਵਿਲ ਬੀ ਮੇਕਿੰਗ 버ਗਰਸ ਫਾਰ them ਤਾਂ ਕਿ ਬੱਚਿਆਂ ਨੂੰ ਹੁੰਦਾ ਹੁਣ ਬੱਚੇ ਦਾ ਅਸੀਂ ਤਾਂ ਖਾਂਦੇ ਸੀ ਪਹਿਲਾਂ ਪਦੀਨੇ ਦੀ ਚਟਨੀ ਲਾ ਕੇ ਤੇ ਹੁਣ ਬੱਚੇ ਖਾਂਦੇ ਆ ਡਰ ਤਰ੍ਹਾਂ ਦੀਆਂ ਸੌਸੇਸ ਲਾ ਕੇ so they have multiple sauces ਜਿਹੜੀਆਂ ਆ ਪਾਕਖਾਨੇ ਦੇ ਬਟ ਮੈਂ ਅਸੀਂ ਮੈਨੂੰ ਤਾਂ ਹੁੰਦਾ ਕਿ ਹਰੀ ਚਟਨੀ ਤੇ ਦੇ ਲਾਲ 버ਗਰ ਬਣਾਉ ਤੇ ਅੱਜ ਜਿਹੜਾ 버ਗਰ ਦਾ ਸ਼ਡਿਊਲ ਹੈ ਬਣਾਉਣ ਵਾਸਤੇ so they will all have burger and soup so ਸਿੰਘਲਾ ਸਾਹਿਬ ਅੱਜ ਤੁਹਾਨੂੰ 버ਗਰ ਦੀ ਕੁਝ ਕਲਾਸਿਸ ਦੇਣਗੇ ਤੁਸੀਂ ਇਹਨਾਂ ਨੂੰ ਇੱਕ ਪੋਲੀਟਿਕਲ ਅਵਤਾਰ ਚ ਦੇਖਿਆ ਹੁਣਾਂ ਲੇਕਿਨ ਕਦੀ ਕਦੀ ਇਹ ਵੀ ਅਫਤਾਰ ਦੇਖਣਾ ਜ਼ਰੂਰੀ ਹੁੰਦਾ ਕਿਉਂਕਿ ਹਰ ਬੰਦੇ ਦੀ ਇੱਕ ਪ੍ਰੇਰਣਾ ਹੁੰਦੀ ਹੈ ਕਿ ਮੇਰਾ ਹੀਰੋ ਜਿਹੜਾ ਮੇਰਾ ਪੋਲੀਟਿਸ਼ੀਅਨ ਜਿਹੜਾ ਉਹਦੀ ਪ੍ਰਾਈਵੇਟ ਲਾਈਫ ਕਿਵੇਂ ਆ ਹੁਣ ਤੁਹਾਨੂੰ ਦਿਖਾਣੇ ਆ ਇਹਨਾਂ ਦੇ ਕੁਕਿੰਗ ਸਕਿਲਸ ਮંત્રી ਵਿਜੇਂਦਰ ਸਿੰਘਲਾ ਅੱਜਕਲ ਪਰਿਵਾਰ ਨਾਲ ਕਿਵੇਂ ਸਮਾਂ ਬਿਤਾਉਂਦੇ ਆ ਉਹ ਤੁਹਾਨੂੰ ਦਿਖਾਣੇ ਆ ਅੱਜ ਦਾ ਡਿਨਰ ਉਹਨਾਂ ਦੇ ਜਿੰਮੇ ਆ ਔਰ ਮੈਂ ਦੇਖ ਸਕਦਾ ਕਿ ਉਹ 버ਗਰ ਤਿਆਰ ਕਰ ਰਹੇ ਆ ਕਿਉਂਕਿ ਅੱਜਕਲ ਜਿਹੜੇ ਯੰਗਸਟਰਸ ਨੇ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਦੇ ਬੱਚੇ ਆ ਉਹ ਫਾਸਟ ਫੂਡ ਲਾਈਕ ਕਰਦੇ ਆ ਔਰ ਇਸੇ ਲਈ ਉਹਨਾਂ ਨੇ ਜਿਹੜੇ 버ਗਰ ਹੈ ਉਹ ਬਣਾ ਰਹੇ ਆ ਔਰ ਦੇਖ ਸਕਦੇ ਹੋ ਬਹੁਤ ਘੱਟ ਮੌਕਾ ਮਿਲਦਾ ਹੈ ਉਹਨਾਂ ਨੂੰ ਆ ਖਾਣਾ ਬਣਾਉਣ ਵਿੱਚ ਔਰ ਉਹਨਾਂ ਨੇ ਗੱਲ ਕਰਦੇ ਆ ਵਿਜੇ ਜੀ 버ਗਰ ਆਲਮੋਸਟ ਤਿਆਰ ਹੈ ਕੀ ਸਪੈਸ਼ਲਟੀ ਹੈ ਇਹ ਦੀ ਅਜ ਇਹ ਕੁਛ ਨਹੀਂ ਬਲਕਿ ਸਿੰਪਲ ਜਾਂ 버ਗਰ ਹੈ ਵਿਦ ਆਲੂਆ ਦੀ ਟਿੱਕੀ ਵਿੱਚ ਲਗਾਈ ਹੈ ਤੇ ਕਕੰਬਰ ਤੇ ਆਨੀਅਨ ਤੇ ਆਪਣਾ ਟਮੇਟੋ ਅਸੀਂ ਲਗਾਇਆ ਤੇ ਨਾਲ ਇਹ ਬੱਚਿਆਂ ਨੂੰ ਸੌਸਸ ਚੰਗੀਆਂ ਲੱਗਦੀਆਂ ਨੈਂਡੋਜ਼ ਦੀਆਂ ਤੋਂ ਇਹ ਪੈਰੀਪੈਰੀ ਸੌਸ ਹੈ ਇਹਨੂੰ ਵਿੱਚ ਲਗਾ ਕੇ ਤੇ ਗ੍ਰੀਨ ਚਟਨੀ ਲਗਾ ਕੇ ਮੈਂ ਇਹਨੂੰ ਸਰਵ ਕਰ ਦਿੰਨਾ ਤੇ ਨਾਲ ਇੱਕ ਚੀਜ਼ ਸਲਾਈਸ ਲਗਾਇਆ ਤੇ ਥੋੜਾ ਜਿਹਾ ਬਟਰ ਲਗਾਇਆ ਫਾਸਟ ਫੂਡ ਦੇ ਤੁਸੀਂ ਸ਼ੌਕੀਨ ਹੋ ਨਹੀਂ ਮੈਂ ਫਾਸਟ ਫੂਡ ਨਹੀਂ ਖਾਂਦਾ ਪੁਰਾਣੇ ਵਕਤ ਵਿੱਚ ਸਿੰਪਲ 버ਗਰ ਖਾਦੇ ਸੀ ਮੈਂ ਤਾਂ ਅੱਜ ਖਾਣਾ ਹੈ ਬਿਨਾ ਸੌਸ ਤੋਂ ਮੈਂ ਤਾਂ ਬਿਨਾ ਸੌਸ ਤੋਂ ਖਾਣਾ ਬੜੇ ਬੱਚਿਆਂ ਵਾਸਤੇ ਪੈਰੀ ਪੈਰੀ ਸੌਸ ਦੇ ਲਾਇਕ ਪੈਰੀ ਪੈਰੀ ਸੌਸ ਹੋਏ ਆਈ ਜਸਟ ਪੁੱਟ दैट ਪੈਰੀ ਪੈਰੀ ਸੌਸ ਤਾਂ ਕਿ ਇਹ ਬੱਚਾ ਨੂੰ ਆਪਣਾ ਚੰਗੀ ਲੱਗਦੀ ਹੈ ਤੇ ਸੋ ਦੈਟ ਦੇ ਈਟ ਆਦਰਵਾਈ ਮੈਦਾ ਹਰੀ ਚਟਨੀ ਦੇ ਨਾਲ ਲਗਾ ਕੇ 버ਗਰ ਨੂੰ ਖਾਣਾ ਹੈ ਅੱਛਾ ਲਾਸਟ ਟਾਈਮ ਬਾਬਾ ਨੇ ਕਦ ਖਾਣਾ ਖਲਾਇਆ ਸੀ ਆਪਣੇ ਹੱਥ ਨਾਲ ਬਣਾ ਕੇ ਕੁਝ ਜਿਹੜਾ ਦੇ ਕੁਝ ਸੋ ਬੇਸਿਕਲੀ ਲਾਈਕ 2 3 ਡੇਸ ਬਾਕ ਹੋਲੀ ਕਿ ਡੱਡ ਕੁੱਕ ਮਟਰਨ at home on chula like in the old traditional style so that was like quite good because that corona sankat to pehla di gall kar rahe hain kadi mauka milda siga ke sara parivar hai baith ke shayad khana khanda bhi mauka nahi milda si ikatthe so i think sometimes uh, kadi kadi dad he used to try to screw time from his british schedule and come and like eat dinner with us sadan also koshish ta karde si ki ae sade naal aake ਸਕ ਐਲੈਕਸ ਕਾ ਦੇਖ ਕਦੇ ਆਉਂਦੇ ਸੀਗੇ ਐਂਡ THEN ਇਕੱਠੇ ਹੋ ਕੇ ਡਿਨਰ ਖਾਂਦੇ ਸੀਗੇ ਸੀ ਪੰਜਾਬੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਬਹੁਤ ਸਾਰੇ ਲੱਖਾਂ ਸਟੂਡੈਂਟਸ ਨੇ ਪੰਜਾਬ 'ਚ ਉਹਨਾਂ ਦੇ ਮਾਪਿਆਂ ਨੂੰ ਪੜ੍ਹਾਈ ਤੋਂ ਹਟ ਕੇ ਪੜ੍ਹਾਈ ਦਾ ਤੇ ਮੈਸੇਜ ਦੇ ਸਕਦੇ ਹੋ ਪਰਿਵਾਰ ਕਿਵੇਂ ਟਾਈਮ ਸਪੈਂਡ ਕਰੇ ਬਜ਼ੁਰਗਾਂ ਨੂੰ ਬਹੁਤ ਇੱਕ ਵਕਤ ਮਿਲ ਰਿਹਾ ਅੱਜਕੱਲ ਜਿਹੜੇ ਯੰਗ ਜਨਰੇਸ਼ਨ ਆ ਬਜ਼ੁਰਗਾਂ ਨਾਲ ਬੈਠ ਰਹੇ ਆ ਉਹ ਵੀ ਇੱਕ ਚੰਗਾ ਸੰਕੇਤ ਹੈ ਦੇਖੋ ਗੱਲ ਇਹ ਆ ਕਿ ਮੈਂ ਆਪਣੇ ਸਾਰੇ ਬੱਚਿਆਂ ਨੂੰ ਔਰ ਜਿਹੜੇ ਬੰਦੇ ਮੇਰੇ ਨਾਲ ਕਨੈਕਟਡ ਐ ਜਾਂ ਤੁਹਾਡੇ ਚੈਨਲ ਦੇ ਮੇਰੇ ਵਿਊਅਰਸ ਐ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਹਰ ਕੰਮ ਆਣਾ ਚਾਹੀਦਾ ਜ਼ਿੰਦਗੀ ਵਿੱਚ ਚਾਹੇ ਤੁਹਾਡੇ ਪੜ੍ਹਾਈ ਨਾਲ ਜੁੜਿਆ ਐ ਚਾਹੇ ਤੁਹਾਡੇ ਘਰ ਦੇ ਨਾਲ ਜੁੜਿਆ ਐ ਚਾਹੇ ਤੁਹਾਡੀ ਪਰਿਵਾਰਿਕ ਜ਼ਿੰਮੇਵਾਰੀ ਨਾਲ ਜੁੜਿਆ ਐ ਤੇ ਚਾਹੇ ਤੁਹਾਡੀ ਸਮਾਜਿਕ ਜ਼ਿੰਮੇਵਾਰੀ ਨਾਲ ਜੁੜਿਆ ਐ ਤੇ ਚਾਹੇ ਤੁਹਾਡੇ ਪ੍ਰੋਫੈਸ਼ਨ ਨਾਲ ਜੁੜਿਆ ਐ ਜਦ ਤੱਕ ਅਸੀਂ ਇਹ ਸਾਰੀਆਂ ਜ਼ਿੰਮੇਵਾਰੀਆਂ ਨੂੰ ਆਪ ਕਰਨ ਦੇ ਸક્ષਮ ਨਹੀਂ ਹੋਵਾਂਗੇ ਫਿਰ ਅਸੀਂ ਫਿਰ ਕਿਸੇ ਨਾ ਕਿਸੇ ਦੇ ਉੱਪਰ ਡਿਪੈਂਡੈਂਟ ਹੋ ਜਾਂਦੇ ਹਾਂ ਸਾਨੂੰ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ ਸਾਨੂੰ ਕਿਸੇ ਵੀ ਸਥਿਤੀ ਪਿਆਰ ਦਾ ਤੇ ਜਦੋਂ ਅਸੀਂ ਇਹ ਵਾਲੀ ਗੱਲ ਆਪਣੇ ਮਨ 'ਚ ਰੱਖਾਂਗੇ ਤਾਂ ਸਾਨੂੰ ਹਰ ਚੀਜ਼ ਪ੍ਰਮਾਤਮਾ ਆਪਣੇ ਆਪ ਸਿਖਾ ਦਿੰਦਾ ਹੈ ਔਰ ਜੇ ਸਾਡੇ ਮਨ ਦੇ ਵਿੱਚ ਇੰਟੈਂਟ ਆਫ ਲਰਨਿੰਗ ਹੁੰਦੀ ਹੈ ਜੇ ਸਾਡੇ ਮਨ 'ਚ ਹੋਵੇ ਕਿ ਅਸੀਂ ਲਰਨ ਕਰਨਾ ਹੈ ਤੇ ਸਾਡੇ ਮਨ 'ਚ ਸਿੱਖਣ ਦੀ ਇੱਛਾ ਹੋਵੇ ਤਾਂ ਫਿਰ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਫਿਰ ਵੀ ਕੈਨ ਲਰਨ ਫ্রম ਇਵਨ ਯੋਰ ਸਰਵੈਂਟ ਆਪਾਂ ਆਪਣੇ ਨੌਕਰ ਤੋਂ ਵੀ ਬਹੁਤ ਕੁਝ ਲਰਨ ਕਰ ਸਕਦੇ ਹਾਂ ਇਸੇ ਤਰੀਕੇ ਨਾਲ ਜੋ ਸਾਡੀ ਐਮਬੈਸਡਰ ਆਫ ਹੋਪ ਕੈਂਪੇਨ ਹੈ ਉਸ ਵਿੱਚ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਬੱਚਿਆਂ ਦੀਆਂ ਬਹੁਤ ਸੋਹਣੀਆਂ ਤੇ ਬਹੁਤ ਅੱਛੀਆਂ ਐਂਟਰੀਜ਼ ਆਈਆਂ ਹਨ ਹਰ ਐਂਟਰੀ ਨੂੰ ਦੇਖਣ ਦੇ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਗੱਲ ਇਹ ਹੈ ਕਿ ਸਾਡੇ ਮਨ ਦੇ ਵਿੱਚ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ ਤੋਂ ਇਸ ਕਰਕੇ ਮੈਂ ਆਪਣੇ ਤੁਹਾਡੇ ਵਿਊਜ਼ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਆਪਣੇ ਆਪ ਨੂੰ ਹਰ ਚੀਜ਼ ਦੇ ਵਾਸਤੇ ਕੈਪੇਬਲ ਹੋਣ ਦੀ ਜ਼ਰੂਰਤ ਹੈ ਸੋ ਲਾਕਡਾਊਨ 2 ਹਫ਼ਤੇ ਲਈ ਹੋਰ ਵੱਜ ਚੁੱਕਿਆ ਔਰ ਕਿਵੇਂ ਤੁਸੀਂ ਆਪਣਾ ਵਧੀਆ ਟਾਈਮ ਸਪੈਂਡ ਕਰ ਸਕਦੇ ਹੋ ਇਸ ਦੀ ਮਿਸਾਲ ਸ਼ਾਇਦ ਤੁਹਾਨੂੰ ਹੋਰ ਕਿਤੋਂ ਨਹੀਂ ਮਿਲੇਗੀ ਸਿੱਖਿਆ ਮੰਤਰੀ ਜੋ ਆਪਣੇ ਪਰਿਵਾਰ ਨਾਲ ਵਧੀਆ ਟਾਈਮ ਸਪੈਂਡ ਕਰ ਰਹੇ ਹੈ ਖਾੜਾ ਬਣਾ ਰਹੇ ਨੇ ਕਸਰਤ ਕਰ ਰਹੇ ਨੇ ਔਰ ਬੱਚਿਆਂ ਨਾਲ ਗੇਮਸ ਖੇល ਰਹੇ ਹੈ ਸੋ ਆਪਣੇ ਘਰਾਂ ਦੇ ਅੰਦਰ ਉਹ ਮਹਿਫੂਜ਼ ਰਵੋ ਔਰ ਕਰੋਨਾ ਦਾ ਮੁਕਾਬਲਾ ਘਰ ਦੇ ਅੰਦਰ ਰਹਿ ਕੇ ਕਰੋ